ਦਿਲਬਾਗ ਸਿੰਘ ਆ ਡੈਡੀ ਦਾ ਨਾਮ? ਡੈਡੀ ਦਾ ਨਾਂ ਗੁਰਜੀਤ ਸਿੰਘ ਹੈ ਅਤੇ ਮੈਂ 8ਵੀਂ ਕਲਾਸ 'ਚ ਪੜ੍ਹਦਾ ਵਾਂ ਕਿਹੜੇ ਸਕੂਲੇ ਪੜ੍ਹਦਾ? ਮਹਾਰਾਜਾ ਰਣਜੀਤ ਸਿੰਘ ਪਬਲਿਕ ਸਕੂਲ ਪਿੰਡ ਅਤੇ ਕਿਹੜਾ ਪਿੰਡ? ਪੰਡੋਰੀ ਗੋਲਾ। ਕੀ ਗੱਲ ਹੋਈ ਤੇਰੀ? ਉਹ ਮੈਂ ਰਾਤ ਮੈਂ ਸੁੱਤਾ ਸੀ, ਉਹ ਮੈਨੂੰ ਰਾਤ ਕੁੱਤਾ ਦਿਖਿਆ ਸੀ ਕਾਲਾ, ਅਤੇ ਨਾਲੇ ਮੈਨੂੰ ਜਨਾਨੀ ਦਿਖੀ ਰਾਤ, ਉੱਠਣ ਲੱਗਾ ਉੱਠਿਆ ਨਹੀਂ ਜਾਂਦਾ, ਅਤੇ ਫਿਰ ਮੈਂ ਸੌਂ ਗਿਆ, ਅਤੇ ਰਾਤ ਬਾਅਦ 'ਚ ਦਿਨੇ ਪਤਾ ਲੱਗਾ। ਕੀ ਲੱਗਾ ਪਤਾ? ਉਹ ਮੰਮੀ ਬਣਾਉਣ ਲੱਗੀ ਚਾਹ, ਅਤੇ ਬਾਪ ਇਹ ਪਤਾ ਲੱਗਾ ਕਿ ਮੰਮੀ ਨੇ ਵੇਖਿਆ ਵਾਲ ਕੱਟੇ ਨਾ। ਹਾਂਜੀ ਹਾਂ ਬਲਜਿੰਦਰ ਕੌਰ ਨੇ ਰਾਤ ਅਸੀਂ 12 ਵਜੇ ਮਤਲਬ ਜਾਗਦੇ ਰਹੇ ਸਾਂ, ਉਸ ਤੋਂ ਬਾਅਦ ਅਸੀਂ ਸੁੱਤੇ ਹਾਂ, ਅਤੇ ਪਤਾ ਨਹੀਂ ਲੱਗਾ, ਸਵੇਰੇ 2 ਛੁੱਟੀਆਂ ਸੀ ਇਹਨਾਂ ਨੂੰ, ਅੱਜ ਅਸੀਂ ਬਾਬਾ ਬਕਾਲਾ ਸਾਹਿਬ ਮੱਥਾ ਟੇਕਣ ਜਾਣਾ ਸੀ, ਅਤੇ ਸਵੇਰੇ ਮੈਂ ਚਾਹ ਬਣਾਈ ਤੜਕੇ, ਅਤੇ ਵੇਖੇ ਸਿਰਹਾਣੇ ਦੇ ਜਿੰਨੇ ਕੁ ਵਾਲ ਪਏ ਸੀ, ਬਾਕੀ ਸਾਰੇ ਕੱਟੇ ਹੋਏ, ਜੂੜਾ ਵੀ ਹੋਇਆ ਸੀ, ਅਤੇ ਸਾਨੂੰ ਵੀ ਕੋਈ ਪਤਾ ਨਹੀਂ ਲੱਗਾ। ਰਾਤ ਅਸੀਂ ਬਾਹਰ ਹੀ ਸੁੱਤੇ ਹਾਂ, ਸਾਰੇ ਪਰਿਵਾਰ ਜਿੰਨੇ ਘਰ ਦੇ ਮੈਂਬਰ ਸਾਰੇ ਬਾਹਰ ਸਨ, ਕਿਸੇ ਨੂੰ ਪਤਾ ਨਹੀਂ ਲੱਗਾ, ਨਾ ਕੋਈ ਕੁੱਤਾ ਨਹੀਂ ਪਹੁੰਚਿਆ, ਨਹੀਂ ਬੱਚੇ ਨੂੰ ਇਹੋ ਹੀ ਆ ਵੀ ਮੈਨੂੰ ਕੁੱਤਾ ਕਾਲਾ ਦਿਸਿਆ ਸੀ ਇੱਕ, ਮਤਲਬ ਜਨਾਨੀ ਜੀ ਦਿਸੀ, ਅਤੇ ਗਾੜੀ ਉੱਠਿਆ ਨਹੀਂ ਗਿਆ, ਜੇ ਅਸੀਂ ਬੱਚੇ ਨੂੰ ਪੁੱਛਦੇ ਹਾਂ ਤਾਂ ਬਸ। ਇਹ ਭਾਈ ਸਾਡਾ ਲੜਕਾ 8ਵੀਂ ਕਲਾਸ 'ਚ ਪੜ੍ਹਦਾ, ਨਾਂ ਇਹਦਾ ਦਿਲਬਾਗ ਸਿੰਘ ਆ, ਮਹਾਰਾਜਾ ਰਣਜੀਤ ਸਕੂਲੇ ਪੜ੍ਹਦਾ ਜੀ। ਇਹਨਾਂ ਨੂੰ ਭਾਜੀ ਛੁੱਟੀਆਂ ਸੀ 2 ਸੋਮਵਾਰ, ਐਤਵਾਰ ਅਤੇ ਸੋਮਵਾਰ ਇਹਨਾਂ ਨੂੰ ਛੁੱਟੀ ਸੀ, ਅਤੇ ਰਾਤੀ ਅਸੀਂ 12 ਸਵਾ 12 ਵਜੇ ਤੱਕ ਜਾਗਦੇ ਰਹੇ, ਟੀ ਵੀ ਵੇਖਦੇ ਰਹੇ ਜਾਂ ਇੱਧਰ ਉੱਧਰ ਖੇਡਦੇ ਮਲਦੇ ਰਹੇ ਨਿਆਣੇ, ਅਤੇ ਬਾਅਦ 'ਚ ਅਸੀਂ ਵਿਹੜੇ 'ਚ ਬਾਹਰ ਸੁੱਤੇ, ਕੁੱਤਾ ਵੀ ਅਸੀਂ ਵਧੀਆ ਰੱਖਿਆ ਵਾ, ਕੁੱਤੇ ਨੂੰ ਵੀ ਨਹੀਂ ਕੋਈ ਪਤਾ ਲੱਗਾ, ਬਾਅਦ 'ਚ 12-1 ਵਜੇ ਤੋਂ ਬਾਅਦ ਦੀ ਗੱਲ ਆ ਕਿਹਦੇ ਹੋਇਆ ਵਾਲ ਕੱਟੇ, ਕਿਸ ਤਰ੍ਹਾਂ ਨਹੀਂ। ਸਵੇਰੇ ਉੱਠ ਕੇ ਇੰਨੇ ਬਸ ਜਦੋਂ ਅਸੀਂ ਚਾਹ ਪੀਣ ਲੱਗੇ, ਇਹਦੀ ਮੰਮੀ ਨੇ ਵੇਖਿਆ ਵੀ ਵਾਲ ਕੱਟੇ ਇੱਕ ਸਾਈਡ ਤੋਂ, ਅਤੇ ਉਸ ਤੋਂ ਬਾਅਦ 'ਚ ਜਦੋਂ ਵਾਲ ਜੂੜਾ ਖੋਲਿਆ ਵਿੱਚੋਂ ਵਾਲ ਹੋਰ ਵੀ ਕੱਟਿਆ ਗਏ ਸੀ, ਬਸ ਥੋੜ੍ਹੇ ਜਿਹੇ ਵਿੱਚ ਵਾਲ ਨਿਕਲੇ ਆ, ਬਾਕੀ ਹੋਰ ਵਿੱਚ ਵਾਲ ਕੱਟੇ ਤਾਂ ਜ਼ਿਆਦਾ ਸੀ ਪਰ ਨਿਕਲੇ ਵਿੱਚੋਂ ਥੋੜ੍ਹੇ ਜਿਹੇ ਹੀ ਆ, ਅਤੇ ਅਸੀਂ ਇਹੋ ਬਸ ਕਹਿ ਸਕਦੇ ਹਾਂ ਵੀ ਹੁਣ ਇਹਨਾਂ ਨੂੰ ਨਿਆਣਿਆਂ ਨੂੰ ਸਕੂਲੇ ਕਿਸ ਤਰ੍ਹਾਂ ਘਲਾਈਏ, ਹੋ ਸਕਦਾ ਜੇ ਕੱਲ੍ਹ ਨੂੰ ਉੱਥੇ ਜ਼ਿਆਦਾ ਕੱਟੇ ਗਏ ਦੂਸਰੇ ਬੱਚਿਆਂ ਨੇ ਵੀ ਕੱਟੇ ਗਏ, ਅਤੇ ਕੌਣ ਇਹਨਾਂ ਦਾ ਖਿਆਲ ਰੱਖੂ, ਕੌਣ ਰਾਖੀ ਕਰੂਗਾ, ਅਸੀਂ ਸਰਕਾਰ ਕੋਲ ਮੰਗ ਕੀਤੀ ਇਹਨੇ ਵੀ ਇਹਦੇ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ। ਹਾਂਜੀ ਭਾਈ ਦਹਿਸ਼ਤ ਵਾਲੇ ਹਿਸਾਬ ਤਾਂ ਵੇਖ ਲਓ, ਤੁਹਾਨੂੰ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ ਜੀ।